ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਾਮਗੜੀਆ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਲਓ ਜੀ ਵੀਡੀਓ ਸਾਹਿਬਪ੍ਰੀਤ ਦੀ। ਸਾਹਿਬਪ੍ਰੀਤ ਸਿੱਟਤੀ ਐਨਕ, ਕਿੱਥੇ ਜਾਣਾ ਪਹਿਲਾਂ ਤੂੰ ਐਂ ਦੱਸ। ਹੈਂ ਸਹਿਜ, ਤੂੰ ਕਾਰ 'ਤੇ ਕਿੱਥੇ ਜਾਣਾ ਅੱਜ? ਮੰਡੀ। ਕੀ ਕੀ ਸ਼ੋਪਿੰਗ ਕਰੇਗਾ ਤੂੰ? ਤੂੰ ਕਲਰ ਲੈ ਕੇ ਆਇਆ? ਇਹਦੇ ਵਿੱਚ ਕਿਹੜੇ ਕਿਹੜੇ ਕਲਰ ਆ? ਹੈਂ? ਉਹ ਤੂੰ ਮੰਡੀ ਤਾਂ ਹੈਗਾ ਪੁੱਤ, ਵੀ ਕਲਰ ਕਿਹੜੇ ਕਿਹੜੇ ਲੈ ਕੇ ਆਇਆ ਤੂੰ ਦੱਸ। ਹੈ ਸਹਿਜ, ਸਹਿਜ ਪੀਤ ਲੈ, ਫਿਰ ਆਪਾਂ ਵੀਡੀਓ ਪਾਵਾਂਗੇ ਤੇਰੇ ਚੈਨਲ 'ਤੇ, ਦੱਸ ਦੇ ਯਾਰ। ਤੂੰ ਪਹਿਲਾਂ ਰਿਕੁਐਸਟ ਕਰ ਦੇਖੀ ਇੱਧਰ ਬੋਲ ਕੇ ਵੀ ਮੇਰਾ ਚੈਨਲ ਸਬਸਕ੍ਰਾਈਬ ਕਰੋ। ਪਾਪਾ ਨੀ, ਤੂੰ ਐਂ ਆਖ ਵੀ ਮੇਰਾ ਚੈਨਲ ਸਬਸਕ੍ਰਾਈਬ ਕਰੋ ਜੀ ਸਾਰੇ ਜਾਣੇ। ਇੱਧਰ ਦੇਖ ਕੇ ਕੈਮਰੇ 'ਚ। ਡਾਊਨਲੋਡ ਕਿਉਂ ਹੁੰਦਾ? ਨਹੀਂ ਨਹੀਂ ਐਂ ਨਹੀਂ ਹੁੰਦਾ। ਤੂੰ ਐਂ ਕਹਿ ਵੀ ਮੇਰਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਅਤੇ ਸ਼ੇਅਰ ਕਰੋ ਅਤੇ ਮੇਰੀ ਵੀਡੀਓ ਦੇਖਿਆ ਕਰੋ। ਮੇਰੀ ਵੀਡੀਓ ਦੇਖਿਆ ਕਰੋ ਸਾਰੇ ਜਾਣੇ, ਤੇ ਮੈਂ ਸੋਹਣੀ ਸੋਹਣੀ ਵੀਡੀਓ ਬਣਾਊਂਗਾ। ਤੁਹਾਡਾ ਨਿੱਕਾ ਜਿਹਾ ਸ਼ੈਜੂ। ਹੁਣ ਬਾਏ ਬਾਏ ਕਰਦੇ ਸਾਰਿਆਂ ਨੂੰ। ਲਓ ਜੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਲਓ ਜੀ ਨਵੀਂ ਜਨਰੇਸ਼ਨ ਟਿਕਟੋਕ ਸਟਾਰਟ। ਸਹਿਜ, ਸਹਿਜ ਹੈਲੋ, ਕੀ ਕਰ ਰਹੇ ਹੈ? ਕੀ ਕਰੀ ਜਾਂਦਾ? ਹੈਂ ਸਹਿਜ, ਕੀ ਕਰੀ ਜਾਂਦਾ ਦੱਸ? ਟਿਕਟੋਕ ਚਲਾਈ ਜਾਂਦਾ? ਮਹਿੰਦੇ ਦੇ ਫੋਨ ਪੁੱਤ, ਮਹਿੰਦੇ ਦੇ ਡੈਡੀ ਹੁੰਦੇ ਦੇ ਫੋਨ, ਡੈਡੀ ਨਹੀਂ ਚਲਾਉਂਦੇ, ਛੱਡ ਪਰੇ। ਕੀ ਕਰਦਾ ਟਿਕਟੋਕ ਚੋਂ? ਹੈ ਦੱਸ ਦੇ। ਭਾਈ ਰੇ ਫਰੀ ਦਿੱਕਤ ਭਾਈ।
ਹੋ ਗਈ ਪਾਪਾ ਕਹਿੰਦੇ ਛੱਡ ਦੇ ਪਾਪਾ ਕਹਿੰਦੇ ਪਾਪਾ ਕਹਿੰਦੇ ਛੱਡ ਫਿਰ ਗੰਦਾ ਕਰ ਲਿਆ ਕੰਗੜਾ ਕਿੱਕ ਮਾਰ ਕਿੱਕ ਕਿੱਕ ਮਾਰ ਦੇ ਪੈਰ ਨਾਲ ਕਿੱਕ ਮਾਰ ਦੇ ਪੈਰ ਨਾਲ ਬਸ ਫੇਰ ਜਾ ਕਿੱਕ ਮਾਰ ਕਿੱਕ ਪੈਰ ਮਾਰ ਹੌਲੀ 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 ਗੰਦਾ ਟੋਪੀਆਂ ਲਮਾਉਣਾ ਫੋਟੋ ਖਿੱਚੀ ਆ ਗਈ ਆ ਗਈ ਕੀ ਕਰਦਾ ਸਹਿਜ ਹੈਂ ਕਾਹਦਾ ਕੰਮ ਕਰਦਾ ਦੱਸ ਨਹੀਂ ਸਹਿਜ ਕੀ ਕਰਦਾ ਦੱਸ ਦੇ ਦੱਸ ਦੇ ਪਲਾਸਟਰ ਕਰਦਾ ਸਹਿਜ ਮਸਾਲਾ ਮੁੱਕ ਗਿਆ ਕਿ ਮਸਾਲੇ ਦਾ ਢੇਰ ਲੱਗਿਆ ਪਿਆ ਇੱਥੇ ਤਾਂ ਮਸਾਲਾ ਆਪ ਹੀ ਬਣਾਈ ਜਾਂਦਾ ਹੈ ਮਿਸਤਰੀ ਆ ਕੋਈ ਬੰਦਾ ਨਹੀਂ ਰੱਖਿਆ ਕਿ ਨਹੀਂ ਰੱਖਿਆ ਹੈਂ ਇਕੱਲੇ ਹੀ ਕਿੰਨੀ ਦਿਹਾੜੀ ਦੇਣਗੇ ਤੈਨੂੰ ਹੈ ਓਏ ਸਹਿਜ ਦੱਸ ਦੇ ਕਿੰਨੇ ਪੈਸੇ ਦੇਣਗੇ ਤੈਨੂੰ ਕੰਮ ਕਰਨ ਦੇ ਕਿੰਨੇ ਕੁ ਵਾਲੇ ਅਤੇ ਕਿੱਥੇ ਰੱਖੇਗਾ ਤੂੰ ਹੈਂ ਟਰੰਕ 'ਚ ਲੈ ਫਿਰ ਪਲਸਤਰ ਤਾਂ ਕਰ ਦੇ ਤੂੰ ਆ ਕੇ ਇਹਦੇ ਤੂੰ ਤਾਂ ਪੰਗੇ ਕਰਨ ਲੱਗ ਗਿਆ ਇੱਧਰ ਆ ਤੂੰ ਜੇ ਦਾਦੂ ਕੁੱਟਣ ਲੱਗ ਗਿਆ ਤੈਨੂੰ ਫਿਰ ਮਿਸਤਰੀ ਦਾਦੂ ਹੈ ਓਏ ਸਹਿਜ ਪੀਤ ਦੱਸ ਦੇ ਯਾਰ ਸਹਿਜ ਲਓ ਜੀ ਵੀਡੀਓ ਲਾਈਕ ਅਤੇ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਰਾਮਗੜੀਆ ਬਲੌਗ ਵੀਡੀਓ ਤੂੰ ਆਖੀ ਇੱਧਰ ਦੇਖੀ ਸਹਿਜ ਤੂੰ ਐਂ ਆਖੀ ਸਬਸਕ੍ਰਾਈਬ ਕਰਿਓ ਚੈਨਲ
ਚੈਨਲ ਯੂਟਿਊਬ ਮੇਰਾ ਯੂਟਿਊਬ ਚੈਨਲ ਥੈਂਕ ਯੂ ਇੱਧਰ ਇੱਧਰ ਦੇਖ ਕੇ ਕਹਿ ਥੈਂਕ ਯੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਸਹਿਜ ਆਪਦੇ ਨਵੇਂ ਰੂਮ ਦੇ ਵਿੱਚ ਸ਼ਿਫਟ ਹੋ ਗਈ ਹੈ ਲੈ ਵੀ ਸਹਿਜ ਹੁਣ ਤੂੰ ਆਪਦੇ ਸਬਸਕ੍ਰਾਈਬਰਾਂ ਨੂੰ ਹੈਲੋ ਤਾਂ ਕਰਦੇ ਸਤਿ ਸ਼੍ਰੀ ਅਕਾਲ ਬੁਲਾ ਸਾਰਿਆਂ ਨੂੰ ਸਹਿਜ ਇੱਧਰ ਸਹਿਜ ਬੁਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੱਥ ਜੋੜ ਕੇ ਬੁਲਾਏ ਕਿਵੇਂ ਹੋ ਠੀਕ ਹੋ ਤੁਸੀਂ ਕੀ ਹਾਲ ਚਾਲ ਹੈ ਤੁਹਾਡਾ ਕੀ ਕਰੀ ਜਾਂਦਾ ਤੂੰ ਕੀ ਕਰੀ ਜਾਂਦਾ ਪੜ੍ਹਾਈ 'ਚ ਕੀ ਕਰਦਾ ਦੱਸ ਫਿਰ ਸਹਿਜ ਕੀ ਕਰਦਾ ਯਾਰ ਤੂੰ ਲਓ ਜੀ ਸਹਿਜ ਪੜ੍ਹਾਈ ਕਰੀ ਜਾਂਦੀ ਹੈ ਨਾਲ ਮਸਤੀ ਵੀ ਕਰੀ ਜਾਂਦੀ ਹੈ ਦੋਨੇ ਕੰਮ ਕਰਦੀ ਹੈ ਸਹਿਜ ਆ ਰੂਮ ਕਿਹਦਾ ਮੇਰਾ ਹੈ ਕਿਹਦਾ ਰੂਮ ਹੈ ਨਾਂ ਲੈ ਕੇ ਦੱਸ ਕਿਹਦਾ ਨਹੀਂ ਪੁੱਤ ਨਹੀਂ ਨਹੀਂ ਪੁੱਤ ਤੈਨੂੰ ਕਰੰਟ ਆ ਗਿਆ ਇੱਥੇ ਫਿਰ ਹਾਈ ਵੀ ਹੋ ਜਾਂਦੀ ਉੱਥੇ ਚੱਲ ਤੂੰ ਫਿਰ ਉਹ ਕਹਿ ਵੀ ਮੇਰਾ ਚੈਨਲ ਸਬਸਕ੍ਰਾਈਬ ਕਰੋ ਨਾਲੇ ਸ਼ੇਅਰ ਵੀ ਕਰੋ ਐਂ ਵੀ ਕਿਹਾ ਕਰ ਬਾਏ ਬਸ ਇੰਨੀ ਵੀਡੀਓ ਬਣਾਉਣੀ ਸੀ ਹੈਂ ਸਹਿਜ ਦਾ ਮਸਤੀ ਕਰਨ ਦਾ ਟਾਈਮ ਚਲੋ ਲੈ ਹੁਣ ਫਿਰ ਆਪਾਂ ਵੀਡੀਓ ਬੰਦ ਕਰ ਦਈਏ ਬਾਏ ਬਾਏ ਤਾਂ ਕਰਦੇ ਸਾਰਿਆਂ ਨੂੰ ਹੈ ਸਹਿਜ ਲੈ ਚੱਲ ਉੱਪਰ ਖੜ ਕੇ ਕਰ ਅਤੇ ਮੇਰਾ ਚੈਨਲ ਕੀ ਕਰੋ ਮੇਕਅਪ ਨਹੀਂ ਬੁੱਤ ਕੇ ਸਾਰੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਨਾਲੇ ਲਾਈਕ ਨਾਲੇ ਸ਼ੇਅਰ ਕਰੋ ਉੱਤੇ ਹੋ ਕੇ ਪੁੱਤ ਖੜਾ ਹੋ ਕੇ ਦੱਸ ਫਿਰ ਤੂੰ ਕਰੇ ਬਸ ਦੱਸ ਹੁਣ ਹਾਂ ਕਰਤਾ ਕੰਮ ਉਹੀ ਹੈ ਸਹਿਜ ਚਲੋ ਜੀ ਬਾਏ ਸਾਰਿਆਂ ਨੂੰ ਲਓ ਜੀ ਇਹਦਾ ਮਸਤੀ ਦਾ ਟਾਈਮ ਆ ਹੁਣ ਚੱਲ ਫਿਰ ਬਾਏ ਬਾਏ ਕਰਦੇ ਅਤੇ ਉਹ ਕਿਵੇਂ ਲਾਸਟ 'ਚ ਕੀ ਕਰਦਾ ਹੁਣ ਮਿੱਠੀ ਕਰਦਾ ਉਹ ਵੀ ਕਰਦੇ
ਨਹੀਂ ਜਾਣਾ ਦੰਦ ਨਹੀਂ ਜਾਣਾ ਹਜੇ ਘੱਟ ਕੰਨ ਵਾਲੀ ਮੋਰੀ ਖਾਈ ਕੰਨ ਵਾਲੀ ਮੋਰੀ ਐਡਾ ਵੱਡਾ ਕੱਲਾ ਕੱਢਿਆ ਸੀ ਕੰਨ ਵਾਲੀ ਮੋਰੀ ਚੋ ਐਡਾ ਵੱਡਾ ਆਹ ਬੰਦਾ ਕੌਣ ਆ ਦੱਸੀ ਦਾਦੂ ਸਾਹਿਬ ਕੀ ਤੁਸੀਂ ਦੱਸ ਦੱਸਦਾ ਸਰ ਗੰਦਿਆ ਪਤਾ ਲੱਗਦਾ ਗੱਲ ਸੁਣੋ ਸਾਹਿਬ ਦਾਦੂ ਕੀ ਪਿੰਡੀਆ ਦਾਦੂ ਸਾਹਿਬ ਦੱਸ ਮੈਨੂੰ ਪਤਾ ਕਿਹਦਾ ਦਾਦੂ ਹੈ ਸਾਹਿਬ ਦਾ ਕੀਰਤ ਦਾ ਪਰ ਪਤਾ ਤਾਂ ਛੋਟੇ ਜੋ ਵੀ ਗਾਣ ਲੱਗ ਪਿਆ ਦਾ ਨਾ ਤਾਂ ਚੱਕਣ ਮੈਂ ਰਹਿ ਤਾਂ ਕਰਨਾ ਲੱਗਦਾ ਪਰ ਗੋਲੀ ਖਾਈ ਗੋਲੀ ਖਾਈ ਗੋਲੀ ਖਾਈ ਗੋਲੀ ਗੋਲੀ ਬਹੁਤ ਪੜਿਆ ਤੂੰ ਹੈ ਨਾ
ਕੀ ਕਰਦਾ ਸਹਿਜ? ਗਾਰਾ ਬਣਾਉਣਾ? ਕੀ ਕਰੇਗਾ ਗਾਰਾ ਬਣਾ ਕੇ? ਖੇਡਣਾ ਕਿ ਮਿਸਤਰੀ ਬਣਦਾ? ਕੀ ਕਰਦਾ ਸਹਿਜ ਤੂੰ? ਨਾ ਨਾ ਅੱਖ 'ਤੇ ਨਾ ਲਾ, ਅੱਖ 'ਤੇ ਨਾ ਲਾ ਹੱਥ। ਸਹਿਜ ਸਾਫ ਨਹੀਂ ਕਰਦਾ ਮੈਨੂੰ ਗੰਦਾ ਹੋ ਗਿਆ। ਅੱਛੇ ਬਣੇ ਨੂਡਲਸ ਹੈਂ? ਹੈ ਸਰ ਅੱਛੇ ਬਣੇ ਨਾ। ਹਾਂ
ਢਿੱਡ ਭਰ ਗਿਆ ਐਂ ਕਰੀਏ ਨਹੀਂ ਫਟਿਆ ਐਂ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਰਾਮਗੜੀਆ ਬਲੌਗ 'ਤੇ ਬਹੁਤ ਬਹੁਤ ਸਵਾਗਤ ਹੈ ਅਤੇ ਆਪਾਂ ਸਿਸਟਰ ਦੀ ਮੈਰਿਜ ਦੇ ਵਿੱਚ ਇੰਨੇ ਬਿਜ਼ੀ ਹਾਂ ਕਿ ਟਾਈਮ ਨਹੀਂ ਲੱਗਦਾ ਵੀਡੀਓ ਪਾਉਣ 'ਤੇ ਉਦੋਂ ਆਪਾਂ ਬਲੌਗ ਬਣਾਇਆ ਸੀ ਆਪਣੇ ਘਰ ਦੇ ਵਿੱਚ ਸਫਾਈ ਚੱਲਦੀ ਸੀ ਬਸ ਅੱਜ ਟਾਈਮ ਮਿਲਿਆ ਅਤੇ ਵੀਡੀਓ ਹੁਣ ਪਾਵਾਂਗੇ ਅਤੇ ਤੁਸੀਂ ਕਰੋ ਸਪੋਰਟ ਚੈਨਲ ਨੂੰ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਜੀ ਵੀਡੀਓ ਆਪਾਂ ਰੈਗੂਲਰ ਕੋਸ਼ਿਸ਼ ਕਰਾਂਗੇ ਪਾਉਣ ਦੀ ਪਾਵਾਂਗੇ ਅਤੇ ਹੋਰ ਤਿਆਰੀਆਂ ਵਧੀਆ ਚੱਲੀਆਂ ਨੇ ਮੈਰਿਜ ਦੀਆਂ ਅਤੇ ਤੁਹਾਨੂੰ ਦਿਖਾਵਾਂਗੇ ਤਿਆਰੀਆਂ ਵੀ ਕਿਵੇਂ ਚੱਲੀ ਜਾਂਦੀਆਂ ਸਭ ਤਿਆਰੀਆਂ ਦਿਖਾਵਾਂਗੇ ਹੋਰ ਠੀਕ ਠਾਕ ਹੋ ਸਾਰੇ ਚਲੋ ਅਤੇ ਬਾਕੀ ਤੁਹਾਨੂੰ ਪਤਾ ਹੀ ਹੈ ਆਪਣੇ ਚੈਨਲ ਦਾ ਨਾਂ ਰਾਮਗੜੀਆ ਬਲੌਗਸ ਹੈਗਾ ਅਤੇ ਆਪਣਾ ਇੱਕ ਹੋਰ ਚੈਨਲ ਹੈ ਆਰ ਜੇ ਗੱਤੀ ਟਰੈਕਟਰ ਫੈਨ ਯੂਟਿਊਬ 'ਤੇ ਮੋਨੀਟਾਈਜ਼ ਹੋਇਆ ਵਾ ਚੈਨਲ ਨੂੰ ਅਤੇ ਆਪਾਂ ਮਤਲਬ ਕਿ ਬਲੌਗ ਬਣਾਉਣੇ ਆਪਣੇ ਮਤਲਬ ਕਿ ਫੈਮਿਲੀ ਬਲੌਗ ਬਣਾਉਣੇ ਆ ਵੀ ਆਪਾਂ ਕੀ ਕਰਨਾ ਸੁਬਾਹ ਉੱਠ ਕੇ ਕੀ ਕਰਦੇ ਹਾਂ ਕੀ ਨਹੀਂ ਕਰਦੇ ਠੀਕ ਹੈ ਜੀ ਅਤੇ ਹੁਣ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਆਪਾਂ ਕੀ ਕਰਦੇ ਹਾਂ ਸੁਬਾਹ ਉੱਠ ਕੇ ਕੀ ਕੰਮ ਹੁੰਦੇ ਆ ਵਿਆਹ ਦੇ ਹਲਵਾਈ ਦਾ ਕੰਮ ਪੈਲਸ ਦਾ ਕੰਮ ਰਿਸ਼ਤੇਦਾਰ ਆਉਂਦੇ ਆ ਠੀਕ ਹੈ ਜੀ ਆਪਾਂ ਸਾਰੇ ਬਲੌਗ ਪ੍ਰੋਪਰ ਤੁਹਾਨੂੰ ਅਪਲੋਡ ਕਰਾਂਗੇ ਅਤੇ ਕੋਈ ਗਲਤੀ ਸ਼ਲਤੀ ਹੋਵੇ ਤਾਂ ਮਾਫ ਕਰੋ ਠੀਕ ਹੈ ਜੀ ਆ ਦੇਖੋ ਆ ਸਾਡਾ ਸਹਿਜੂ ਆ ਗਿਆ ਹੈਲੋ ਕਰਦੇ ਪੁੱਤ ਸਾਰਿਆਂ ਨੂੰ ਬਾਏ ਬਾਏ ਕਰਦੇ ਨਹੀਂ ਬਾਏ ਬਾਏ ਕਰ ਇੱਧਰ ਇੱਧਰ ਦੇਖ ਆਪਾਂ ਵੀਡੀਓ ਪਾਵਾਂਗੇ ਕਹਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅਤੇ ਤੂੰ ਐਂ ਕਹਿ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਸੀਂ
ਦੇਖੋ ਕਿੰਨਾ ਸੋਹਣਾ ਕਿਊਟ ਜਿਹਾ ਬੇਬੀ ਹੈ। ਦੇਖੋ ਰਿਕੁਐਸਟ ਕਰ ਰਿਹਾ ਤੁਹਾਡੇ ਸਾਹਮਣੇ, ਯਾਰ ਕਰੋ ਯਾਰ ਸਪੋਰਟ ਕਰੋ ਇਹਨੂੰ। ਅਤੇ ਚਲੋ ਪਾਵਾਂਗੇ ਵੀਡੀਓ ਤਾਂ। ਹੋਰ ਠੀਕ ਠਾਕ ਹੋ, ਵਧੀਆ ਸਾਰੇ। ਅਤੇ ਆ ਜੀ ਆਹ ਦੇਖੋ ਜੀ ਸਾਡੇ ਡੈਡੀ ਦੀ ਭੂਆ ਦਾ ਪੋਤਾ। ਅਤੇ ਹੁਣ ਤਾਂ ਮੈਂ ਇਹਨੂੰ ਫੋਨ 'ਤੇ ਫੋਨ ਕਰੀ, ਇਹਨਾਂ ਨੇ ਫੋਨ ਨਹੀਂ ਚੱਕਿਆ। ਅਤੇ ਉਹ ਮਾਸੀ ਵਾਲਾ ਮੁੰਡਾ ਖੜਾ, ਹਾਂਜੀ ਆਹ ਸਾਡੀ ਸੈਜੂ, ਆ ਇਹਨੇ ਫੋਨ ਚਲਾਉਣਾ। ਫੋਨ 'ਤੇ ਕੀ ਚਲਾਉਣਾ? ਫੋਨ 'ਤੇ ਇਹਨੇ ਚਲਾਉਣਾ ਟਿਕਟੋਕ, ਉਹ ਦੂਜਾ ਕੀ ਚਲਾਉਣਾ ਪੁੱਤ? ਯੂਟਿਊਬ। ਅਤੇ ਯੂਟਿਊਬ 'ਤੇ ਕੀ ਦੇਖੇਗਾ ਤੂੰ? ਚਲੋ ਠੀਕ ਹੈ ਜੀ, ਆਪਾਂ ਬਲੌਗ ਬਣਾਵਾਂਗੇ, ਤੁਹਾਨੂੰ ਵੀਡੀਓ ਪਾਵਾਂਗੇ। ਓਕੇ ਗੁੱਡ ਬਾਏ। ਇੱਧਰ ਚੱਕੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰਾਮਗੜੀਆ ਫੈਮਿਲੀ ਬਲੌਗ 'ਤੇ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਨਾਲ। ਲਓ ਜੀ ਸਹਿਜ ਪੀਰ ਕਿੱਥੇ ਆਉਂਦਾ ਅੱਜ? ਕਿਹੜੀ ਭੂਆ ਨੂੰ ਲੈਣ ਜਾਂਦਾ? ਕਿਹੜੀ ਭੂਆ ਨੂੰ ਲੈਣ ਜਾਂਦਾ? ਸਾਰਾ ਮੇਰਾ ਤੂੰ ਤਾਂ ਪੰਗਾ ਕਰਦਾ। ਲਓ ਜੀ ਅੱਜ ਸਿਸਟਰ ਨੂੰ ਲੈਣ ਜਾਂਦੇ ਹਾਂ ਪਹਿਲੀ ਵਾਰੀ। ਅਤੇ ਲੈ ਠੀਕ ਹੈ ਚੱਲ ਫਿਰ, ਦੱਸਤਾ ਹੁਣ ਕਿੱਥੇ ਜਾਣਾ ਤੂੰ? ਬਾਏ ਬਾਏ ਕਰਦੇ ਫਿਰ ਸਾਰਿਆਂ ਨੂੰ। ਲਓ ਜੀ ਹੋ ਗਿਆ ਰੈਡੀ, ਅਤੇ ਮੱਛਾ ਮੱਛਾ ਸੈੱਟ ਹੈ। ਟਾਈਮ ਨਾਲ ਚੱਲਾਂਗੇ, 80-85 ਕਿਲੋਮੀਟਰ ਇੱਕ ਸਾਈਡ। ਤੁਹਾਨੂੰ ਰਸਤੇ ਦੀ ਵੀਡੀਓ ਵੀ ਦਿਖਾਵਾਂਗੇ। ਕਰੋ ਇੰਜੋਏ ਵੀਡੀਓ, ਲਾਈਕ ਅਤੇ ਸ਼ੇਅਰ ਕਰਨਾ, ਸਬਸਕ੍ਰਾਈਬ ਜੀ। ਤਿਆਰ ਹੋ ਜਾਂਦੇ ਕਿਉਂਕਿ ਬੁੜੀਆਂ ਬਾਹਲਾ ਟਾਈਮ ਲਾਉਂਦੀਆਂ। ਉਹ ਉੱਧਰ ਸਹਿਜੂ ਵੀ ਕੰਪਨੀ ਦੇ ਜਾਂਦੇ, ਸਹਿਜੂ ਕੰਪਨੀ ਦੇ ਜਾਂਦੇ। ਕੀ ਕਰ ਲੈਂਦੇ ਮੰਮੀ ਨੂੰ? ਕੀ ਕਰਨਾ? ਲਓ ਜੀ ਪਹੁੰਚ ਗਏ, ਬਾਬਾ ਜੀ ਬੈਠੇ ਆ ਬਾਹਰ, ਆ ਦੇਖੋ। ਅਤੇ ਗੱਡੀ ਲਾਵਾਂਗੇ ਗੇਟ ਦੇ ਮੂਹਰੇ, ਆ ਦੇਖੋ ਜੀ ਆਪਾਂ ਗਏ ਹੁਣ ਪਹੁੰਚ, ਆ ਦੇਖੋ ਗੱਡੀ ਕਰਤੀ ਬੰਦ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਲਓ ਜੀ ਪਹੁੰਚ ਗਿਆ, ਦੇਖੋ ਸਾਡੀ ਸੇਵਾ ਹੋਈ ਜਾਂਦੀ ਹੈ ਹੁਣ। ਕੁਰਸੀਆਂ ਰੱਖੀਆਂ ਨੇ ਮਨਪ੍ਰੀਤ, ਉਹ ਸੋਫੇ ਸਾਫ ਕਰਨੇ ਆ, ਜਦੋਂ ਤੁਸੀਂ ਵਿਆਹ ਜਾ ਕੇ ਉਦੋਂ ਚੱਕ ਲਿਆ ਬਸ। ਇਹਨੂੰ ਮੈਂ ਨਾ ਰਾਤ ਵੀ ਆਖਿਆ ਸੀਗਾ ਤੜਕੇ, ਆਪਣੇ ਕੋਲ ਤਾਂ ਵਿਹਲਾ ਹੀ ਪਿਆ, ਜਦੋਂ ਮਰਜ਼ੀ ਚੱਕ ਲਏ ਉਹਦੇ ਚੱਕ ਲਏ।
ਨਹੀਂ ਤੇ ਮਾਸੜ ਜੀ ਕਿਧਰ ਗਏ? ਨਹੀਂ ਉਹ ਦੂਜਾ ਟੁੱਟੇ ਲੈਣਾ ਅੱਜ ਕਿਹਦੇ ਕਿਹਦੇ ਵਿਆਹ ਤੇ ਆਇਆ ਤੂੰ? ਚਾਚੂ ਦੇ, ਰੋਬਨ ਚਾਚੂ ਦੇ। ਚਾਚੀ ਕਿੰਨੀ ਕੁ ਸੋਹਣੀ ਆ, ਬਾਹਲੀ ਸੋਹਣੀ ਆ ਤੇ ਮਿੱਟੀ ਕਰਦੇ ਫਿਰ ਸਾਰਿਆਂ ਨੂੰ। ਤੂੰ ਐਂ ਵੀ ਆਖ ਵੀ ਆਪਣੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਯਾਰ। ਤੂੰ ਕਿਹਦਾ ਲੱਡੂ ਹੈ? ਡੈਡੀ ਦਾ ਲੱਡੂ ਹੈ ਨਾ? ਡੈਡੀ ਦਾ ਲੱਡੂ। ਤੇ ਮੰਮਾ ਦਾ ਲੱਡੂ? ਮੰਮਾ ਕਿੱਥੇ ਆ? ਮੰਮੀ ਬਾਜ ਮਾਰੀ ਕਿ ਮੰਮਾ ਆਓ ਇੱਧਰ। ਮੰਮਾ ਸੁਣਦੀ ਨਹੀਂ ਤੇਰੀ ਗੱਲ। ਸਤਿ ਸ਼੍ਰੀ ਅਕਾਲ ਜੀ, ਰਾਮਗੜੀਆ ਫੈਮਿਲੀ ਬਲੌਗ 'ਤੇ ਬਹੁਤ ਬਹੁਤ ਸਵਾਗਤ। ਆਹ ਦੇਖੋ ਜੀ, ਸਹਿਜਪ੍ਰੀਤ ਕੀ ਕਰੀ ਜਾਂਦਾ, ਕੀ ਕਰਨਾ ਤੂੰ ਅੱਜ? ਐਂ ਕਰਕੇ ਕਹਿੰਦੇ ਹੁੰਦੇ ਪੁੱਤ, ਐਂ ਕਰਕੇ ਐਂ ਪੁੱਛ ਕਿਵੇਂ ਹੋ ਸਾਰੇ? ਠੀਕ ਹੋ? ਕੀ ਕਰੀ ਜਾਂਦਾ ਸਹਿਜ ਅੱਜ? ਲਓ ਵੀ ਸਹਿਜ ਸਿੰਘ ਡਿੱਗ ਪਿਆ ਤੇ ਮੈਨੂੰ ਐਂ ਦੱਸ ਵੀ ਤੂੰ ਸਕੂਲ ਕਿਉਂ ਨਹੀਂ ਗਿਆ? ਉਹਦੇ ਵਿੱਚ ਵੜ, ਮੈਂ ਉੱਤੇ ਟੱਕਣ ਦੇਊਂਗਾ ਤੇਰੇ। ਉਹਦੇ ਵਿੱਚ ਵੜੀ ਹੈ ਅੱਲਾ, ਮੈਂ ਅੱਲਾ ਫਿਰ ਮੈਂ ਉਹ ਮੈਂ ਉੱਤੇ ਲਾਊਂਗਾ ਤੇਰੇ, ਫਿਰ ਵੀਡੀਓ ਬਣਾਵਾਂਗੇ ਲੈ ਵਿੱਚ ਵੜ। ਤੂੰ ਤੂੰ ਯੂਟਿਊਬ 'ਤੇ ਵੀਡੀਓ ਨਹੀਂ ਦੇਣਾ ਹੁੰਦਾ? ਆਇਆ ਮੈਂ ਤੈਨੂੰ ਬਣਾ। ਲੈ ਮੈਂ ਕਰਕੇ ਦਾ ਲਓ ਜੀ, ਸਹਿਜ ਪੀਤਾ ਲੈ, ਹੁਣ ਉੱਤੇ ਲਾਉਣਾ ਟੱਕਣ। ਮੰਮਾ ਨੂੰ ਸੱਦਾਂਗੇ ਫਿਰ ਦਿਖਾਵਾਂਗੇ। ਰਮਨ ਓ ਰਮਨ ਓ ਰਮਨ ਉਰੇ ਆ, ਗਿਗਣਾ ਜਾਈ। ਤੂੰ ਮੈਨੂੰ ਐਂ ਦੱਸ ਵੀ ਅੱਜ ਸਕੂਲ ਕਿਉਂ ਨਹੀਂ ਗਿਆ? ਸਕੂਲ ਕਿਉਂ ਨਹੀਂ ਗਿਆ ਬਈ? ਤੇ ਨੂਣ ਖਾਨਾ ਤੂੰ ਐਂ ਹੋਊਗਾ, ਤੂੰ ਮੈਨੂੰ ਦੱਸ ਸਕੂਲ ਕਿਉਂ ਨਹੀਂ ਗਿਆ ਅੱਜ? ਦੱਸ ਦੇ ਗਿੱਗ ਗਿਆ ਸਹਿਜੂ, ਗਿੱਗ ਗਿਆ ਬਈ। ਨਹੀਂ ਪੁੱਤ ਬਸ ਹੁਣ ਉਹ ਡਿੱਗ ਜਾਏਗਾ ਤੂੰ।
ਰਮਨ ਰਮਨ ਹਾਂ ਇਹਦਾ ਦੇਖੀ ਸਰ ਇੱਧਰ ਆ ਸਰ ਸੈਜੂ ਸਾਹ ਵੀ ਲੈਂਦਾ ਬਈ ਸੈਜੂ ਤਾਂ ਗੰਦੇ ਹੂੰ ਦੇ ਦੋ ਹੂੰ ਦੇ ਦੋ ਤੂੰ ਫਿਰ ਐਂ ਕਹਿ ਵੀ ਮੈਨੂੰ ਹਾਏ ਮੰਮਾ ਹੈਲੋ ਸੈਜੂ ਡੱਕਣਾ ਤੈਨੂੰ ਡੱਕਣਾ ਬਈ ਤੈਨੂੰ ਪਾਟ ਲਿਆ ਮੈਂ ਹੋ ਗਿਆ ਨਾ ਡਿੱਗੂਗੀ ਹੁਣ ਮੈਂ ਦੱਸਤਾ ਆਪਦੀ ਸਵਾਰੀ ਦੀ ਡਿੱਗ ਪੂਗੀ ਅੱਗੇ ਡਿੱਗ ਪਈ ਸੀ ਲੈ ਪੁੱਤ ਮੇਰੀ ਗੱਲ ਸੁਣ ਤੂੰ ਰਿਹਾ ਡਿੱਗਣਾ ਪਈ ਡਿੱਗ ਪਈਆਂ ਲੈ ਮੈਂ ਕੱਢਾਂ ਆਜਾ ਲੈ ਫਿਰ ਚੱਲ ਹੁਣ ਵੀਡੀਓ ਬੰਦ ਕਰ ਦਈਏ ਫਿਰ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਆਪਣਾ ਰਾਮਗੜੀਆ ਫੈਮਿਲੀ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਸਹਿਜਪ੍ਰੀਤ ਪਹਿਲਾਂ ਤਾਂ ਹੋ ਗਈ ਸੀ ਥੋੜ੍ਹੀ ਜਿਹੀ ਬਿਮਾਰ ਅਤੇ ਹੁਣ ਟਾਈਮ ਹੈਗਾ 7:30 ਦਾ ਅਤੇ ਕਹਿੰਦੀ ਪਾਪਾ ਜੀ ਆ ਜਾਓ ਖੇਡੋ ਅਤੇ ਆਹ ਦੇਖੋ ਖੇਡਾਂ ਸਾਰੀਆਂ ਨੇ ਆਪਣੀਆਂ ਕਰ ਰੱਖੀਆਂ ਦੇਖੋ ਅਤੇ ਹੁਣ ਇੰਜੋਏ ਕਰ ਰਹੀ ਹੈ ਖੇਡਾਂ ਆਹ ਦੇਖੋ ਸਹਿਜਪ੍ਰੀਤ ਇੱਧਰ ਅੰਦਰ ਫਾਦਰ ਸਾਹਿਬ ਰੋਟੀ ਖਾ ਰਹੇ ਖਾਣਾ ਖਾ ਰਹੇ ਅਤੇ ਸ਼ਾਇਦ ਦਾ ਗੁੱਡੂ ਡਿੱਗਿਆ ਪਿਆ ਅਤੇ ਸ਼ਾਇਦ ਦੀ ਇੱਧਰ ਫਰਾਰੀ ਅਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰ ਅਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਵੀ ਕਰੋ ਅਤੇ ਸਾਡੀ ਸ਼ਾਇਦ ਖੇਡ ਰਹੀ ਹੈ ਇਹ ਲੋਕ ਨਾਲ ਖੇਡਦੀ ਹੈ ਲੋਕ ਬਣਾਊਗੀ ਪੁੱਤ ਬਣਾ ਕੇ ਦਿਖਾਈ ਕਿਵੇਂ ਬਣਾਉਂਦੇ ਹੁੰਦੇ ਆ ਨਹੀਂ ਇਹ 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 ਕਿਵੇਂ ਖੇਡਦੇ ਹੁੰਦੇ ਆ ਇਹ ਤੂੰ ਕਲਰ ਦੱਸ ਦੇਗਾ ਕਿ ਕਿਹੜੇ ਕਿਹੜੇ ਕਲਰ ਆ ਲੈ ਤੂੰ ਕਲਰ ਦੱਸ ਫਿਰ ਆਪਾਂ ਨੇ ਕਿਹੜੇ ਕਿਹੜੇ ਤੂੰ ਸਕਾਈ ਬਲੂ ਸਕਾਈ ਬਲੂ ਔਰੇਂਜ ਗ੍ਰੀਨ ਵੈਰੀ ਗੁੱਡ yellow red blue pink
वेरी गुड। नहीं तो तू अपने केड़े स्कूल च पढ़दा? तू के आर इंग्लिश मीडियम? नहीं के आर पुत, के आर इंग्लिश मीडियम है। ओ हां के आर इंग्लिश मीडियम के आर आगे के आर इंग्लिश मीडियम के आर इंग्लिश मीडियम के आर ठीक है। ते ये सारे चीजें खेडा ਅਤੇ ਉਹ ਪਿਆ ਸਾਰੇ ਪੀ ਦਾ ਕੰਪਿਊਟਰ ਕਦੇ ਕਦੇ ਗੇਮ ਵੀ ਖੇਡਦੇ ਹੁੰਦੇ ਕੰਪਿਊਟਰ 'ਤੇ। ਕਿਹੜਾ ਪੁੱਤ ਗੇਮ ਖੇਡਦਾ ਮੈਂ? ਇਹ ਰੇਸਿੰਗ ਰੇਸਿੰਗ ਕਾਰ ਖੇਡਦੀ ਹੁੰਦੀ ਹੈ ਅਤੇ ਵੈਰੀ ਗੁੱਡ। ਨਹੀਂ ਸਹਿਜ ਪ੍ਰੀਤ, ਤੇਰਾ ਯੂਟਿਊਬ ਚੈਨਲ ਨੂੰ ਕੀ ਕਰਨ? ਮਾਈ ਯੂਟਿਊਬ ਚੈਨਲ ਲਾਈਕ ਐਂਡ ਸਬਸਕ੍ਰਾਈਬ ਐਂਡ ਸ਼ੇਅਰ। ਸਾਰਿਆਂ ਨੂੰ ਬਾਏ ਬਾਏ ਟਾਟਾ। ਇੱਧਰ ਦੇਖ ਕੇ ਕਰ ਪੁੱਤ। ਲਓ ਜੀ, ਸਹਿਜ ਪ੍ਰੀਤ ਦੀਆਂ ਬੁੱਕਾਂ ਆ ਗਈਆਂ ਅੱਜ। ਸਹਿਜ ਕਰਕੇ ਆਈ ਸੀ ਸ਼ੋਪਿੰਗ ਅਤੇ ਹੁਣ ਬੁੱਕਾਂ ਦੇ ਉੱਤੇ ਜਿਲਤਾਂ ਚੜ੍ਹੀ ਜਾਂਦੀਆਂ। ਪਹਿਲਾਂ ਤਾਂ ਤੁਸੀਂ ਸਹਿਜ ਦਾ ਸਕੂਲ ਦਾ ਦੇਖੋ ਵੀ ਕਿਹੜੇ ਸਕੂਲ 'ਚ ਲੱਗੀ ਹੈ ਸਹਿਜ। ਦੇਖੋ ਜੀ, ਕੇ ਆਰ ਗੌਰਮੈਂਟ ਪ੍ਰੀਮੀਅਰ ਸੈਕੰਡਰੀ ਸਕੂਲ ਇੰਗਲਿਸ਼ ਮੀਡੀਅਮ। ਠੀਕ ਹੈ ਜੀ। ਅਤੇ ਆਹ ਦੇਖੋ ਜੀ, ਫੌਜਾਂ ਲੱਗੀਆਂ ਪਈਆਂ ਸਾਰੀਆਂ ਦਵਾ ਦਵ ਜਿਲਤਾਂ ਚਲਾਉਣ। ਅਤੇ ਇੱਧਰ ਸਾਡੇ ਮਾਤਾ ਜੀ ਸੇਵਾ ਕਰ ਰਹੀ ਹੈ ਸਹਿਜ ਦੀ। ਅਤੇ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਕਿਉਂਕਿ ਰਾਮਗੜੀਆ ਫੈਮਿਲੀ ਵਲੌਗ ਵੀਡੀਓ। ਇਹ ਦੇਖੋ ਜੀ ਸਹਿਜ ਦਾ ਬੈਗ। ਕਿਉਂਕਿ ਸਾਡੀ ਸਹਿਜ ਨੂੰ ਪਿੰਕ ਕਲਰ ਸਭ ਤੋਂ ਜ਼ਿਆਦਾ ਅੱਛਾ ਲੱਗਦਾ। ਪਿੰਕੀ ਬੈਗ ਹੈ ਅਤੇ ਪਿੰਕੀ ਜਮੈਂਟਰੀ ਬੋਕਸ ਹੈ। ਤਾਂ ਦੇਖੋ ਹੁਣ ਲੱਗੀਆਂ ਪਈਆਂ ਸੰਗਤਾਂ ਅਤੇ ਸਾਡਾ ਸਹਿਜ ਸੁੱਤਾ ਪਿਆ। ਅਤੇ ਹੁਣ ਇਹਦੇ ਉੱਤੇ ਨੇਮ ਲਿਖਿਆ ਜਾਊਗਾ, ਮੰਮਾ ਅਤੇ ਪਾਪਾ ਦਾ ਅਤੇ ਸਹਿਜਪ੍ਰੀਤ ਦਾ ਅਤੇ ਮੋਬਾਈਲ ਨੰਬਰ। ਟੈਂਦਾ ਤਾਂ ਨਹੀਂ ਨਾ ਆਹ? ਇਹ ਤਾਂ ਸਾਰੇ ਹੀ ਹੈ ਨਾ।
ਕੋਈ ਦੇ ਅੰਦਰਲੇ ਪਾਸੇ ਆਖਿਆ ਸੀ ਮੈਡਮ ਨੇ ਲਿਖ ਤੇ ਉਹ ਸਾਰਾ ਕੁਝ ਲਿਖਣਾ ਕਲਾਸ ਕਿਹੜੀ ਹੈ ਤੇ ਸਾਰਾ ਲਓ ਜੀ ਕਵਰ ਵੀ ਆ ਦੇਖੋ ਜੀ ਇੰਗਲਿਸ਼ ਮੀਡੀਅਮ ਹੈ ਐਂਡ ਇੰਗਲਿਸ਼ ਮੀਡੀਅਮ ਕੇ ਆਰ ਗੌਰਮੈਂਟ ਸਕੂਲ ਇੰਗਲਿਸ਼ ਮੀਡੀਅਮ ਸੰਗਰੀਆ ਰਾਜ ਪੀ ਫੋਨ ਨੰਬਰ 0144-99-250-517 ਅਤੇ ਨਿਊ ਬੁੱਕ ਹਾਊਸ ਅਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਅਤੇ ਚਲੋ ਫਿਰ ਤੜਕੇ ਮਿਲਦੇ ਹਾਂ ਸ਼ਾਇਦ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਹ ਦੇਖੋ ਖਰਗੋਸ਼ ਦੇਖਣਾ ਕਿਸੇ ਨੂੰ ਵਿੱਚ ਟੈਟ ਮਟਰ ਅਤੇ ਠੇਲਾ ਵੀ ਆ ਗਏ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਰਾਮਗੜੀਆ ਫੈਮਿਲੀ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਲਓ ਜੀ ਅੱਜ ਜਿਹੜੀ ਸਹਿਜਪ੍ਰੀਤ ਆ ਖੇਤ ਆਈ ਹੈ ਅਤੇ ਡਿੱਗ ਪਈ ਖੇਡੀ ਜਾਂਦੀ ਹੈ ਰੇਤੇ 'ਚ ਲੈ ਹੁਣ ਆਪਾਂ ਸਹਿਜਪ੍ਰੀਤ ਨਾਲ ਗੱਲਾਂ ਕਰਦੇ ਲਓ ਜੀ ਸਹਿਜਪ੍ਰੀਤ ਕਿਵੇਂ ਹੋ ਠੀਕ ਠਾਕ ਹੋ ਅਤੇ ਤੂੰ ਅੱਜ ਕਿੱਥੇ ਆਇਆ ਤੂੰ ਅੱਜ ਕੀ ਕਰਨ ਆਇਆ ਸੀ ਅੱਜ ਖੇਤ ਖੇਡਾਂ ਕਰੀ ਜਾਂਦਾ ਸੀ ਤੂੰ ਕੀ ਕਰੀ ਜਾਂਦਾ ਸੀ ਮਸਤੀ ਅਤੇ ਲਓ ਜੀ ਸਹਿਜਪ੍ਰੀਤ ਅੱਜ ਆਇਆ ਖੇਤ ਅਤੇ ਖੇਡੀ ਜਾਂਦਾ ਗਲਾਸ ਬਣਾਈ ਜਾਂਦਾ ਅਤੇ ਫਿਰ ਤੂੰ ਗੇੜਾ ਗੂੜਾ ਮਾਰਿਆ ਖੇਤ 'ਚ ਆ ਕੇ ਨਹੀਂ ਮਾਰਿਆ ਕਿੱਥੇ ਕਿੱਥੇ ਗਿਆ ਸੀਗਾ ਅਤੇ ਤੂੰ ਫਿਰ ਕੋਈ ਗੱਲਬਾਤ ਕਰਨੀ ਹੈ ਤੇਰੇ ਜਿਹੜੇ ਫੈਨ ਹੈ ਯੂਟਿਊਬ ਵਾਲੇ ਕੀ ਗੱਲ ਕਰਨੀ ਹੈ ਠੀਕ ਹੈ ਹੋਰ ਕੀ ਕੁਛ ਆਖੇਗਾ ਤੂੰ ਆਪਦੇ ਯੂਟਿਊਬ ਵਾਲਿਆਂ ਨੂੰ ਉੱਥੇ ਬਣਾ ਕੇ ਦਿਖਾ ਯੂਟਿਊਬ ਵਾਲਿਆਂ ਨੂੰ ਕਿਵੇਂ ਬਣਦਾ ਹੁੰਦਾ ਗਲਾਸ ਨਹੀਂ ਉੱਥੇ ਬਣਾ ਕੇ ਤਾਂ ਦਿਖਾ ਵਿੱਚੋਂ ਤਾਂ ਕੱਢ ਇਹਨੂੰ ਓਏ ਤੇਰੀ ਡਿੱਗਦੇ ਦੀ ਬਣਾ ਲਈ ਮੈਂ ਤਾਂ ਵੀਡੀਓ ਤੇਰੀ ਫੁੱਲ ਇੰਜੋਏ ਕਰੀ ਜਾਂਦਾ ਮਸਤੀ ਮਾਰਨਾ ਪੂਰੀ ਲੈ ਫਿਰ ਗੱਲਾਂ ਬਾਤਾਂ ਤਾਂ ਸੁਣਾ ਦੇ ਪੁੱਤ ਤੂੰ ਗੱਲਾਂ ਬਾਤਾਂ ਨਹੀਂ ਕਰਨੀਆਂ ਕਿ ਕੋਈ ਤਾਂ ਸੁਣਾ ਫਿਰ ਕੋਈ ਗੱਲਬਾਤ ਨਹੀਂ ਤੈਨੂੰ ਕਿਹੋ ਜਿਹਾ ਮਹਿਸੂਸ ਹੋਈ ਜਾਂਦਾ ਅੱਜ ਤੂੰ ਖੇਤ ਆਇਆ ਪੂਰਾ ਅੱਛਾ ਹੋਈ ਜਾਂਦਾ ਤੇ ਹੋਰ ਫਿਰ ਆਪਦੇ ਫਰੈਂਡ ਹੈ ਜਿਹੜੇ ਯੂਟਿਊਬ ਵਾਲੇ ਉਹਨਾਂ ਨੂੰ ਕੀ ਕਹੇਂਗਾ ਕੀ ਦੱਸਦਾ ਦੇ ਆ ਤਾਂ ਤੂੰ ਹਾਏ ਵਾਲਾ ਤਾਂ ਆਖ ਦੇਗਾ ਅਤੇ ਉਹ ਮੇਰਾ ਯੂਟਿਊਬ ਚੈਨਲ ਅਤੇ ਉਹ ਕੀ ਕਹਿੰਦਾ ਨਾ ਹੈਂ ਮਾਈ ਯੂਟਿਊਬ ਚੈਨਲ ਪਲੀਜ਼ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ ਪਲੀਜ਼ ਸਬਸਕ੍ਰਾਈਬ ਪਲੀਜ਼ ਕਰੋ ਪਲੀਜ਼ ਕਰੋ
ਲੈ ਬਸ ਹੁਣ ਮੁੱਕ ਗਈਆਂ ਗੱਲਾਂ। ਚੱਲ ਚੱਲ ਹੈਲੋ ਹਾਏ ਬਾਏ ਬਾਏ ਸਾਰਾ ਕੁਝ ਕਰਦੇ ਤੇ ਇੱਕ ਹੋਰ ਕੁਛ ਕਹਿਣਾ ਨਾ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ, ਲਾਈਕ ਸ਼ੇਅਰ ਕਰੋ ਵੀਡੀਓ ਨੂੰ ਦਬ ਕੇ ਦਬ ਕੇ। ਚੰਗਾ ਬਾਏ ਬਾਏ ਆਲੋ ਇੱਥੇ ਆਓ ਉੱਥੇ ਚੱਲ ਤੂੰ ਉੱਥੇ ਰੱਖ ਮੈਂ ਬਣਾਉਣਾ। ਬਸ ਲੈ ਚਲੋ ਦਾਦੂ ਸੱਦੀ ਜਾਂਦਾ ਉੱਥੇ ਚੱਲੀਏ ਲੈ ਚੱਲੀਏ ਫਿਰ ਉਂਗਲਾਂ ਪਾਈਆਂ ਤੇਰੇ ਸਬਸਕ੍ਰਾਈਬ ਆਖਣਗੇ ਵੀ ਸਹਿਜ ਉਂਗਲਾਂ ਪਾਈ ਬੇਟੇ ਕਮਲੀ ਹੈ ਹੈਨਾ ਕਮਲਾ ਬੰਦਾ। ਲਓ ਜੀ ਸਹਿਜ ਪੀਸ ਅੱਜ ਆਈ ਸੀਗੀ ਖੇਤ ਨਹੀਂ ਡਿੱਗਦਾ ਲਾ ਜਾ ਨਹੀਂ ਡਿੱਗਦਾ ਲੱਗਦੀ ਹੈ ਲਾਈਕ ਸ਼ੇਅਰ ਤੇ ਜਰੂਰ। ਸਤਿ ਸ਼੍ਰੀ ਅਕਾਲ ਜੀ, ਰਾਮਗੜੀਆ ਫੈਮਿਲੀ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਾਡੀ ਸਹਿਜ ਦੇ ਨਾਲ ਅੱਜ ਗੱਲਾਂ ਬਾਤਾਂ ਹੋਣੀਆਂ ਅਤੇ ਕਹਿੰਦੀ ਵੀ ਡੈਡੀ ਨਾਲ ਗੇਮ ਖੇਡਣੀ ਹੈ ਅਤੇ ਦੇਖਦੇ ਹਾਂ ਵੀ ਕਿਹੜੀ ਗੇਮ ਖੇਡਦੀ। ਚਲੋ ਮੁਰੰਮਤ ਕਰ ਸ਼ੁਰੂ ਕਰੋ ਸ਼ੁਰੂ ਜੀ। ਜੀ ਇਹਦੀ ਗੇਮ ਹੋ ਗਈ ਪੂਰੀ, ਹੁਣ ਅਸੀਂ ਖੇਡਦੇ ਘੋੜਾ ਘੋੜਾ ਅਤੇ ਦੇਖੋ। ਹੈਲੋ ਗਾਇਸ, ਅਸੀਂ ਘੋੜਾ ਘੋੜਾ ਖੇਡਦੇ ਹਾਂ। ਪਾਪਾ ਘੋੜਾ ਗੱਲਾਂ ਬਾਤਾਂ ਕਰ ਸਾਰਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਇਹਦਾ ਚੈਨਲ ਸਬਸਕ੍ਰਾਈਬ ਕਰੋ ਕਰੋ ਪੂਰੀ ਗੱਲਾਂ ਬਾਤਾਂ ਕਰ ਤੇ YouTube ਤੇ ਆ YouTube ਤੇ ਅਬ ਦੇਖੋ ਮੈਂ ਦੀ ਵੀਡੀਓ ਮੈਂ ਦੋ ਵੀਡੀਓ ਅੱਗੇ ਸਾਹਮਣੇ ਬੈਠ ਕੇ ਕੈਮਰੇ ਤੇ ਗੱਲਾਂ ਕਰ ਗੱਲਾਂ ਆਹ ਦੇਖੋ ਜੀ ਸਹਿਜ ਪ੍ਰੀਤ ਉਂਗਲ ਪਾਈ ਜਾਂਦੀ ਇਹਨੂੰ ਸਬਸਕ੍ਰਾਈਬ ਨਾ ਕਰੋ ਆਹ ਦੇਖ ਉਂਗਲ ਪਾ ਲਿਆ ਸੀ। ਲਓ ਜੀ ਸਾਡੀ ਸਹਿਜ ਨਾਲ ਗੱਲਾਂ ਪਤਾ ਕਰਦੇ ਹਾਂ ਆਪਾਂ ਯੂਟਿਊਬ 'ਤੇ ਅਤੇ ਬਹੁਤ ਹੀ ਟਾਈਮ ਬਾਅਦ ਆਪਾਂ ਵੀਡੀਓ ਪਾਈ ਹੈ
ਹੁਣ ਆਪਾਂ ਕੰਟੀਨਿਊ ਵੀਡੀਓ ਪਾਇਆ ਕਰਾਂਗੇ ਅਤੇ ਸਾਡੀ ਸਹਿਜ ਦੇਖ ਲਓ ਮਸਤੀ ਦਾ ਟਾਈਮ ਹੈ ਸਹਿਜ ਦਾ ਇੱਕ ਸਾਡੀ ਸਹਿਜ ਦੀ ਇੱਕ ਪਤਾ ਕੀ ਚੱਕਰ ਇਹ ਉਂਗਲਾਂ ਬਹੁਤ ਪਾਉਂਦੀ ਹੈ ਮੂੰਹ 'ਚ ਬਹੁਤ ਪਾ ਕੇ ਦਿਖਾਈ ਕਿਹੜੀਆਂ ਉਂਗਲਾਂ ਪਾਉਣਾ ਉਹਨਾਂ ਨੂੰ ਤੇਰੇ ਫਰੈਂਡ ਨੂੰ ਪਤਾ ਲੱਗੇ ਵੀ ਕਿਹੜੀਆਂ ਉਂਗਲਾਂ ਪਾਉਣਾ ਝੂਠਿਆ ਤੂੰ ਆਉਂਦਾ ਮੇਰਾ ਸੜਿਆ ਝੂਠ ਮਾਰਦਾ ਤੂੰ ਝੂਠ ਮਾਰਦਾ ਕੁੱਤਿਆ ਤੂੰ ਪਾਉਂਦਾ ਤੂੰ ਪ੍ਰੋਮਿਸ ਕਰ ਡੈਡੀ ਨਾਲ ਨਹੀਂ ਪਾਉਂਦਾ ਕਦੇ ਆਖਣਗੇ ਵੀ ਇਹ ਤਾਂ ਸਹਿਜ ਨੇ ਉਹਦੇ ਪ੍ਰੋਮਿਸ ਕੀਤਾ ਨਹੀਂ ਸਹਿਜ ਨੇ ਪ੍ਰੋਮਿਸ ਕੀਤਾ ਸੀਗਾ ਮੈਂ ਉਂਗਲਾਂ ਨਹੀਂ ਪਾਉਂਦੀ ਤੇ ਫਿਰ ਤੂੰ ਉਂਗਲਾਂ ਪਾਏਗੀ ਤੇ ਮੈਂ ਤੇਰੀ ਵੀਡੀਓ ਬਣਾ ਕੇ ਨੈਟ ਤੇ ਚਾੜ ਦੂੰਗਾ ਯੂਟਿਊਬ ਤੇ ਚੈਨਲ ਤੇ ਪਾ ਦੂੰਗਾ ਗੱਲਾਂ ਬਾਤਾਂ ਕੌਣ ਕਰੂਗਾ ਤੇਰੇ ਫਰੈਂਡ ਦੇਖ ਤੇਰੇ ਫਰੈਂਡ ਦੇਖੀ ਜਾਂਦੇ ਤੈਨੂੰ ਤੂੰ ਗੱਲਾਂ ਬਾਤਾਂ ਕਰ ਸਾਰੀਆਂ ਗੱਲਾਂ ਸੁਣਾ ਆਪਦੀਆਂ ਚਾਹ ਨਾਈਟ ਨੂੰ ਕਿਹੜੀ ਚਾਹ ਹੁੰਦੀ ਹੈ ਗੁੱਡ ਨਾਈਟ ਗੁੱਡ ਨਾਈਟ ਬਾਏ ਹਮ ਛੋੜ ਦੇ ਬਾਏ ਹਮ ਖੇਲ ਲੈ ਮੈਂ ਸਵੀਟ ਡ੍ਰੀਮ ਸਵੀਟ ਮੀ ਬਾਏ ਪਾਪਾ ਗੁੱਡ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਰਾਮਗੜੀਆ ਫੈਮਿਲੀ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅਤੇ ਅੱਜ ਆਪਾਂ ਸਹਿਜ ਵਾਸਤੇ ਕੋਈ ਗਿਫਟ ਲੈ ਕੇ ਆਏ ਹਾਂ ਅਤੇ ਸਹਿਜ ਆਪਾਂ ਨੂੰ ਬਣਾ ਕੇ ਦੱਸੋਗੇ ਵੀ ਕੀ ਇਹ ਆਈਟਮ ਹੈ ਅਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਹੈ ਸਹਿਜ ਨੇ ਦੱਸੋ ਸਹਿਜ ਪੁੱਤ ਫੋਨ ਕੀਤਾ ਹੈ ਤੁਸੀਂ ਠੀਕ ਹੈ ਅਤੇ ਹੁਣ ਪੁੱਤ ਮੈਨੂੰ ਤੂੰ ਦਿਖਾ ਵੀ ਗਲੂ ਕੀ ਆਈਟਮ ਹੈ ਤਾਂ ਦਿਖਾ ਆਪਣੇ ਜੇ ਸਬਸਕ੍ਰਾਈਬ ਹਾਂ ਤੂੰ ਸਾਰੀ ਚੀਜ਼ਾਂ ਮੈਨੂੰ ਬਣਾ ਬਣਾ ਕੇ ਦਿਖਾ ਵੀ ਕੀ ਆਈਟਮ ਹੈ ਆਹ ਦੇਖੋ ਜੀ ਕੀ ਆਈਟਮ ਹੈ ਇਹ ਆਹ ਦੇਖੋ ਇੱਕ ਤਾਂ ਵਾਈਟ ਇੱਕ ਆ ਪਤਾ ਨਹੀਂ ਕੀ ਇਹ ਇਹ ਜਿਹੜਾ ਆਪਾਂ ਉਹ ਠੀਕ ਹੈ ਇਹ ਸਹਿਜ ਪੀਤ ਕਹਿੰਦੀ ਸਾਡੀ ਰੋਟੀ ਪਕਾਉਣ ਵਾਲਾ ਅਤੇ ਪਤਾ ਨਹੀਂ ਹੁਣ ਰੈਪਰ ਦੇ ਵਿੱਚੋਂ ਪਤਾ ਨਹੀਂ ਕੀ ਖੋਲ੍ਹੀ ਜਾਂਦੀ ਹੈ ਸਹਿਜ ਦੇਣੇ ਆਪਾਂ ਕੀ ਕਰਦੀ ਹੈ ਅਤੇ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਦੱਬ ਕੇ ਸ਼ੇਅਰ ਕਰਦੇ ਵੀਡੀਓ ਨੂੰ ਅਤੇ ਦੇਣੇ ਹੁਣ ਸਹਿਜ ਕੀ ਕਰਦੀ ਹੈ ਕੀ ਕਰਦਾ ਬਹੁਤਾ ਇਹ ਦੇਖੋ ਹਾਂ ਇਹਨੇ ਹੱਥ ਦੇ ਵਿੱਚ ਪਤਾ ਨਹੀਂ ਕੀ ਭਰ ਲਿਆ ਇਹ ਕੋਈ ਆਟੇ ਦੀ ਆਈਟਮ ਜੀ ਹੈ ਕੋਈ ਮਨ ਪਤਾ ਨਹੀਂ ਕੀ ਕਰੂਗੀ ਇੱਕ ਉਹ ਡੱਬਾ ਜਿਹਾ ਲਿਆ ਆਹ ਡੱਬਾ ਜਿਹਾ ਮੰਗਾਇਆ ਮੈਂ ਇੱਥੋਂ ਇਹਨਾਂ ਨੇ ਦੇਖੋ ਇਹ ਮੰਗਾਇਆ ਪਤਾ ਨਹੀਂ ਕੀ ਇਹ ਪੁੱਠੇ ਸਿੱਧੇ ਜਿਹਾ ਅੱਖਰ ਆ ਆਹ ਦੇਖੋ ਪਤਾ ਨਹੀਂ ਕੀ ਮੰਗਾਇਆ ਇਹਦੇ ਵਿੱਚ ਕਾਫੀ ਹੈਗਾ ਸਿਸਟਮ ਜਿਹਾ ਉਹ ਸਾਰਾ ਪਤਾ ਕੱਢ ਲਾ ਥੱਲੇ ਕੱਢ ਲਾ ਇੱਥੇ ਪਤਾ ਨਹੀਂ ਕੀ ਆਈਟਮਾਂ ਦੇਖੋ ਜੀ ਪਿੰਕ ਯੈਲੋ ਬਲਿਊ ਬੈਂਗਣੀ ਬਲੈਕ ਗ੍ਰੀਨ ਦੇਖੋ ਕਿੰਨੀਆਂ ਆਈਟਮਾਂ ਹੁਣ ਇਹ ਪਤਾ ਨਹੀਂ ਕੀ ਸਿਸਟਮ ਹੈ ਇਹ ਪਤਾ ਨਹੀਂ ਇਹ ਬਣਾਊਗੀ ਪਤਾ ਨਹੀਂ ਕੀ ਬਣਾਊਗੀ ਪੁੱਤ ਲੈ ਦੱਸ ਕੀ ਬਣਾਏਗਾ ਤੂੰ ਬਣਾ ਕੇ ਦੱਸ ਠੀਕ ਹੈ ਅਤੇ ਪੁੱਤ ਤੇਰੀ ਸਟੱਡੀ ਕਿਵੇਂ ਚੱਲਦੀ ਹੈ ਅਤੇ ਮੈਡਮਾਂ ਹੈਪੀ ਤੇਥੋਂ ਕਿੰਨੀਆਂ ਕੁ ਇੱਧਰ ਕੈਮਰੇ ਦੇਖ ਕੇ ਦੱਸ ਕਿੰਨੀਆਂ ਕੁ ਠੀਕ ਆ ਅਤੇ ਸਹਿਜ ਤੋਂ ਮੈਡਮਾਂ ਹੈਪੀ ਹੈ ਅਤੇ ਹੁਣ ਇਹਨੇ ਵਾਈਟ ਕਲਰ ਕੱਢਿਆ ਦੇਖੋ ਕੀ ਬਣਾਉਂਦੇ ਆ ਠੀਕ ਆ ਇਹ ਪੁੱਤ ਵੇਲਣਾ ਰੋਟੀ ਦਾ ਹੈਂ ਇਹਨੇ ਵੇਲਣਾ ਰੋਟੀ ਦਾ
ਇਹ ਵੇਲਣ ਦਾ ਦੋ ਹੱਥਾਂ ਵਾਲਾ ਹੁੰਦਾ, ਇਹ ਕਿਹੜਾ ਇੱਕ ਹੱਥ ਵਾਲਾ? ਠੀਕ, ਖੇਡਣ ਵਾਲਾ ਵੇਲਣਾ ਹੁੰਦਾ। ਅਤੇ ਇਹ ਇਹ ਤੋਂ ਪਤਾ ਤੂੰ ਕੀ ਬਣਾਉਣਾ? ਇਹ ਮਤਲਬ ਘਰ ਦਾ ਨਹੀਂ ਕਿ ਘਰ ਵਾਓ, ਇਹ ਤਾਂ ਪੁੱਤ ਤੂੰ ਝੌਂਪੜੀ ਬਣਾਤੀ ਹੈ, ਝੌਂਪੜੀ ਬਣਾਤੀ ਤੂੰ ਤਾਂ ਮਿਟ ਗਈ ਬਸ। ਅਤੇ ਹੋਰ ਕੀ ਬਣਾਏਗਾ ਤੂੰ? ਘੈਂਟ ਜੀ ਕੀ ਬਣਾ? ਗੋਲ ਬਣਾ, ਠੀਕ ਹੈ ਓਕੇ। ਹੁਣ ਸਹਿਜ ਕਹਿੰਦੀ ਵੀ ਝੌਂਪੜੀ ਤਾਂ ਬਣਾਤੀ ਅਤੇ ਹੁਣ ਮੈਂ ਗੋਲ ਗੋਲ ਬਣਾਊਂਗੀ। ਅਤੇ ਪੁੱਤ ਕਲਰ ਤਾਂ ਤੂੰ ਘੈਂਟ ਜਿਹਾ ਕੱਢ ਲੈਂਦੀ, ਵਾਈਟ ਕਾਹਤੋਂ ਕੱਢਿਆ? ਕੋਈ ਪਿੰਕ, ਕੋਈ ਯੈਲੋ, ਕੋਈ ਉਹ ਕੱਢਣਾ ਸੀਗਾ। ਵੈਰੀ ਗੁੱਡ, ਕੀ ਹੈ ਤੇਰਾ ਫੇਵਰੇਟ? ਠੀਕ ਹੈ ਓਕੇ ਓਕੇ ਓਕੇ। ਸੱਪ ਲੈ ਵੀ, ਸਹਿਜ ਕਹਿੰਦੀ ਸੱਪ ਬਣਾਵਾਂਗੇ। ਲਓ ਜੀ, ਸਹਿਜ ਨੇ ਸੱਪ ਬਣਾ ਤਾ। ਉਹ ਤੁਹਾਡੀ ਭੈਣ ਮੂੰਹ ਬਣਾਉਣਾ ਤਾ ਉਹ ਤੁਹਾਡੀ ਨੂੰ ਸਹਿਜ ਨੇ ਵਾਕੇ ਮੂੰਹ। ਇਹ ਪੁੱਤ ਪਤਾ ਕਿਵੇਂ ਹੁਣ? ਇੱਕ ਮਿੰਟ ਕਰ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਐਂ ਬਣੂਗਾ। ਇਹ ਲਓ ਜੀ, ਇਹ ਬਣ ਗਿਆ ਜੀ ਸਨੈਕਸ। ਸਰੇ ਜੀ ਇਹ ਪੁੱਤ ਕੀ ਕਹਿੰਦੇ ਸੱਪ ਨੂੰ? ਚਲੋ ਵੀ ਸਹਿ ਸਾਡੀ ਛੋਟੀ ਹੈ, ਕਿਰਾ ਇਹਨੂੰ ਪਤਾ ਨੀਗਾ। ਹਾਂ ਬਣਾਓ ਬਣਾਓ ਬਣਾਓ। ਅਤੇ ਪੁੱਤ ਇੱਥੇ ਰੱਖਣ ਨੂੰ ਤਾਂ ਲਿਆ ਕੁਝ ਸਿਸਟਮ, ਕੀ ਬਣਾਏਗਾ ਤੂੰ? ਸਾਰੇ ਕਲਰ ਉਹ ਕੱਢ, ਸਾਰੇ ਪਿੰਕ ਪੁੰਕ ਸਭ ਸਾਰੇ ਕੱਢ। ਆ ਦੇਖੇ ਉੱਤੇ ਬਣਦਾ, ਦੇਖ ਆ ਦੇਖ ਇਹਦੇ ਉੱਤੇ ਬਣਾ ਕੀ ਬਣਦਾ? ਚਿੜੀ, ਉਹ ਵਾਹ ਚਿੜੀ ਬਣਦੀ ਹੈ ਪੁੱਤ ਇਹਦੇ ਉੱਤੇ, ਆ ਦੇਖੋ ਆ ਚਿੜੀ ਬਣਦੀ ਹੈ ਪੁੱਤ। ਵੈਰੀ ਗੁੱਡ, ਦਿਖਾਓ। ਵੈਰੀ ਗੁੱਡ, ਇਹ ਕਰੋ ਵੈਰੀ ਗੁੱਡ। ਲਓ ਜੀ, ਸਹਿਜ ਪ੍ਰੀਤ ਨੇ ਆਖਿਆ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਠੀਕ ਹੈ? ਦੱਬ ਕੇ ਇਹ ਬਹੁਤ ਇਹਦੀ ਕੰਨੀ ਬਣੀ ਵੀ ਹੈ, ਇਹ ਇਹਨਾਂ ਕੰਨੀ ਹੈ ਨਾ ਜਿਹੜੀ, ਇਸ ਤਰੀਕੇ ਨਾਲ ਲਾਇਆ ਕਰ ਤੂੰ। ਵੈਰੀ ਗੁੱਡ, ਇਹ ਐੱਗ ਬਣ ਗਿਆ ਬਹੁਤ, ਐੱਗ ਐੱਗ ਬਣ ਗਿਆ। ਠੀਕ, ਇਹ ਬਣਾਈ ਜਾਂਗਾ ਕੋਠੀ ਆਪਣੀ, ਕੋਠੀ ਕੋਠੀ ਬਣਾਓ। ਲਓ ਜੀ, ਜੇ ਵੀਡੀਓ ਵਧੀਆ ਲੱਗਦੀ ਹੈ ਲੱਗ ਚੱਕ ਕੇ ਸ਼ੇਅਰ ਕਰ ਦੇ ਦੱਬ ਕੇ। ਕੀ ਬਣਾਇਆ ਪੁੱਤ? ਵਾਹ, ਸਹਿਪ੍ਰੀਤ ਨੇ ਕੋਠੀ ਦਾ ਨਕਸ਼ਾ ਬਣਾ ਤਾ ਜੀ। ਆਹ ਦੇਖੋ ਜੀ, ਆਹ ਤੁਹਾਨੂੰ ਇੱਕ ਆਹ ਦੇਖੋ ਜੀ, ਆਹ ਦੇਖੋ ਜਮਾਂ ਸੇਮ ਸੇਮ ਹੈ ਜੀ। ਆਹ ਦੇਖੋ ਜੀ, ਦੋਨੇ ਆਪਾਂ ਦੇਖੋ, ਇਹ ਸਹਿਜ ਨੇ ਬਣਾਇਆ, ਇਹ ਇਹਦਾ ਸੀਗਾ ਬਣਾਉਣ ਵਾਲਾ ਫਰਮਾ, ਠੀਕ ਹੈ ਜੀ। ਆਹ ਦੇਖੋ ਸਹਿਜ ਨੇ ਬਣਾਇਆ, ਸਹਿਜ ਖੁਸ਼ ਬਹੁਤ ਹੈ। ਸਹਿਜ ਦੇਖੀ ਖੁਸ਼ ਹੈ ਤੂੰ? ਹੈਲੋ, ਲੈ ਗੱਲਬਾਤ ਵੀ ਕਰ, ਖੁਸ਼ ਹੈ? ਸਹਿਜ ਤਾਂ ਮਸਤੀ 'ਚ।
ਆ ਦੇਖੋ ਜੀ ਸਾਰਿਆਂ ਨੇ ਬਣਾਇਆ। ਆਹ ਦੇਖੋ ਇਹਦੇ ਵਿੱਚ ਕਲਰ ਕਈ ਆਏ ਆ, ਇਹ ਔਰੇਂਜ ਕਲਰ ਆ ਅਤੇ ਪਿੰਕ, ਇਹ ਆਪਣੇ ਯੈਲੋ, ਇਹ ਸਕਾਈ ਬਲਿਊ, ਅਤੇ ਬਹੁਤ ਕਲਰ ਆਇਆ। ਕਿੰਨੇ ਕਲਰ ਆਏ ਬਹੁਤ, ਸਾਰੇ ਕੱਢ ਕੇ ਦਿਖਾ ਦੇ। ਇਹ ਪਤਾ ਜਮੈਂਟਰੀ ਜੀ ਹੈ ਕੋਈ, ਆਹ ਦੇਖੋ ਸਾਰੇ ਕਲਰ ਦੇਖੋ ਇੱਧਰ। ਸਾਹਿਬ ਪੀਤ ਵਾਸਤੇ, ਇਹ ਸਾਹਿਬ ਪੀਤ ਖੇਡਾਂ ਬਣਾਊਗੀ ਆਪਦੀਆਂ। ਇਹ ਸਕਾਈ ਬਲੂ ਹੈ, ਬਰਾਊਨ ਹੈ, ਇਹ ਬਲੈਕ ਹੈ, ਇਹ ਯੈਲੋ ਹੈ, ਇਹ ਗ੍ਰੀਨ ਹੈ, ਆਹ ਦੇਖੋ ਇਹ ਵਾਈਟ, ਇਹਨੇ ਯੂਜ਼ ਕਰ ਲਿਆ। ਅਤੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ। My YouTube family. My channel. Please subscribe. Like. Share. Please. Okay. ਸਾਹਿਬਜੀਤ ਕੀ ਬਣਾ ਰਿਹਾ ਵਾਈਟ ਨਾਲ? ਨਾਗਿਨ ਉਹ ਤਾਂ ਨਾਗਿਨ ਪਹਿਲਾਂ ਬਣਾ ਤਾ ਲਈ ਤੂੰ। ਸਹਿਜਪ੍ਰੀਤ ਕਹਿੰਦੀ ਵੀ ਇਹਨੂੰ ਮੂੰਹ ਦੇ ਵਿੱਚ ਨਹੀਂ ਪਾਉਣਾ, ਇਹ ਗੰਦੀ ਹੁੰਦੀ ਹੈ। ਓਕੇ ਲਓ ਜੀ, ਸਾਹਿਬਜੀਤ ਦੀ ਮੰਮੀ ਰੋਟੀਆਂ ਲੈ ਕੇ ਆ ਗਈ, ਹੁਣ ਛਕਦੇ ਆ ਪ੍ਰਸ਼ਾਦੇ। ਅਤੇ ਸਹਿਜ ਕਹਿੰਦੀ ਹੈ ਵੀ ਮੈਂ ਬਣਾਉਣੀ ਏ ਫੋਰ ਐਪਲ, ਦੇਖੋ ਵੈਰੀ ਗੁੱਡ ਵੈਰੀ ਗੁੱਡ, ਬੀ ਫੋਰ ਬੋਲ। ਅਤੇ ਸਹਿਜ ਕਹਿੰਦੀ ਵੀ ਮੈਂ ਖੇਡਣਾ ਨਹੀਂ ਗਾ ਅਤੇ ਮੈਂ ਏ ਬੀ ਸੀ ਡੀ ਕਰਨੀ ਇਹਦੇ ਨਾਲ, ਵੈਰੀ ਗੁੱਡ ਗੁੱਡ ਵੈਰੀ ਗੁੱਡ। ਅਤੇ ਉੱਤੋਂ ਰੋਟੀ ਖਾਊਂਗਾ ਅਤੇ ਆਪਾਂ ਨੈਕਸਟ ਪਾਰਟ ਕੱਲ੍ਹ ਨੂੰ ਬਣਾਵਾਂਗੇ, ਠੀਕ ਹੈ? ਓਕੇ, ਹੁਣ ਤਾਂ ਬੀ ਬਣਾ ਰਹੀ ਹੈ ਸਹਿਜ, ਵੈਰੀ ਗੁੱਡ ਬੀ ਬਣਾਵਾਂਗੇ, ਬੀ ਪਹਿਲਾਂ ਬੀ ਬਣਾ ਕੇ ਫਿਰ ਬਸ ਹੈਪੀ ਐਂਡਿੰਗ। ਲੈ ਹੁਣ ਤੂੰ ਕਹਿ ਦੇ ਆਪਦੇ ਯੂਟਿਊਬਰ ਨੂੰ ਵੀ ਬਾਏ ਬਾਏ, ਕੱਲ੍ਹ ਨੂੰ ਮਿਲਦੇ ਹਾਂ। ਇੱਧਰ ਇੱਧਰ ਦੇਖ ਕੇ ਪੁੱਤ, ਇੱਧਰ ਇੱਧਰ ਕੈਮਰੇ ਕਿ ਨਹੀਂ, ਇੱਧਰ ਭਰਾਵਾ ਨਾਈਟ, ਇੱਧਰ ਦੇਖ ਕੇ ਲਓ ਜੀ, ਰਾਮਗੜੀਆ ਫੈਮਿਲੀ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਆ। ਅਤੇ ਆਹ ਚੈੱਕ ਕਰੋ, ਅੱਜ ਮਨਜੋਤ ਆਇਆ ਅਤੇ ਸਿਸਟਰ ਆਈਆਂ ਰੱਖੜੀ ਬੰਨਣ ਵਾਸਤੇ। ਅਤੇ ਆਹ ਦੇਖੋ ਬੱਚਾ ਪਾਲਟੀ ਕਰੀ ਜਾਂਦੀ। ਆਹ ਦੇਖੋ ਕੀ ਖਾਈ ਜਾਂਦੇ, ਦੇਖੋ ਚੂਰਨ, ਟੌਫੀਆਂ, ਫਰੂਟੀਆਂ।
ਉਹ ਤਿੰਨਾ ਨਹੀਂ ਖਾਂਦੇ ਹੁੰਦੇ ਮਿੱਠਾ? ਲਓ ਜੀ ਸਿਸਟਰ ਨਾਲੇ ਪਨੀਤ ਆ ਦੇਖੀ ਆ ਪੁੱਤ ਆ ਖੜਾ ਹੋ ਆ ਨਾ ਕਰ ਤੂੰ ਖੜਾ ਖੋਲ ਕੇ ਦੇ ਯਾਰ ਤੂੰ ਖੁੱਲ੍ਹੇ ਮੱਥੇ। ਲਓ ਜੀ ਰਾਮਗੜੀਆ ਫੈਮਿਲੀ ਅੱਜ ਕੰਪਲੀਟ ਸਾਰੇ ਮੈਂਬਰ ਘਰ ਦੇ ਸਾਰੇ ਇਕੱਠੇ ਆ ਸਾਰੀ ਪਨੀਤ ਪਨੀਤ ਚੂਚਾ ਜੀ ਅੱਛੀ ਹੋਏ ਅੱਛੋ ਛੇ ਜੀ ਨੂ ਡੂ ਡੂ ਡੀ ਡੀ ਨੀ ਨਾੜਾ ਨਾ 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 ਓ ਲਓ ਜੀ ਇੰਜੋਏ ਕਰੀ ਜਾਂਦੇ ਬੱਚੇ ਟੀ ਵੀ ਦਾ ਚਿਪਸ ਫਰੂਟੀਆਂ ਆਹ ਦੇਖੋ ਕੱਢੀ ਜਾਂਦੇ ਗਰਦੜ ਆਈ ਜਾਂਦੇ ਤੋਤੇ ਸਪਰਾਈਟ ਸਪਰਾਈਟ ਚੈੱਕ ਕਰੋ ਨਹੀਂ ਡੁੱਲਦਾ ਪੁੱਤ ਮੈਂ ਨਹੀਂ ਡੁੱਲਦਾ ਲਓ ਜੀ ਚੱਬ ਕੱਢ ਰਹੇ ਬੱਚੇ ਇੱਕ ਦੂਜੇ ਨੂੰ ਦੇਖ ਵੀ ਰਹੇ ਨਾਲ ਵਾਹਿਗਾ ਅੱਜ ਫਿਰ ਮਨਜੋਤ ਸਿੰਘ ਰਮਾਰਾ ਨੇ ਬਹੁਤ ਵੱਡਾ ਖਰਚਾ ਕੀਤਾ ਅੱਜ ਇਹ ਪਾਰਟੀ ਕਰ ਰਿਹਾ ਨਹੀਂ ਕੀ ਨਾਂ ਸੀ ਤੇਰੇ ਮਾਮੇ ਦਾ ਸਹਿਜ ਪੀਤ ਕੀ ਕਰ ਰਹੇ ਹੋ ਦੇਖੋ ਛਾਨ ਛਾਨ ਇੱਧਰ ਮੰਮੀ ਬੰਦ ਕਰ ਦੇ ਲਓ ਜੀ ਮੈਡਮ ਜੀ ਲੱਗੀ ਪਈ ਹੈ ਸੇਵਾ 'ਤੇ ਅੱਜ ਕੱਢੇ ਪਏ ਚਿਆਬ ਅਮਰੂਦ ਅਮਰੂਦ ਕਰ ਰਿਹਾ ਇੱਧਰ ਦੇਖੋ ਇਹਦੇ ਬਨਾਨਾ ਪਏ ਆ ਆਹ ਡੱਬੇ ਪਏ ਆ ਇਹ ਕੀ ਆਈਟਮ ਹੈ ਉਹ ਤੁਹਾਡੀ ਇਹਦਾ ਦੂਜਾ ਗੰਢੇ ਗੁੰਡੇ ਤੜਕੇ ਛੜਕੇ ਲੱਗੀ ਜਾਂਦੇ ਆ ਕਰ ਦਿਓ ਫਿਰ ਲਾਈਕ ਅਤੇ ਸ਼ੇਅਰ ਅਤੇ ਦੱਬ ਕੇ ਵੀਡੀਓ ਨੂੰ ਹੈਂ
ਬੱਚਿਆਂ ਦੀ ਬਣਾ ਤੀ। ਇਹ ਕਹਿੰਦਾ ਮੇਰਾ ਮਾਮਾ ਲੈ ਕੇ ਗਿਆ ਮੈਨੂੰ ਉੱਥੇ। ਤੈਨੂੰ ਚੂਚੀ ਨੇ ਮੂੰਹ ਟੱਡਿਆ ਤੇ ਚੂਚੀ ਨੂੰ ਚੀਜੀ ਨਹੀਂ ਮਿਲੀ। ਪ੍ਰੀਮ ਜੀ ਆ ਮੈਨੂੰ ਖਵਾ ਦਿੰਦਾ ਉਹ ਮੇਰਾ ਚੂਚਾ। ਅੱਛਾ ਲਓ ਜੀ ਸਾਡਾ ਨਵਾਂ ਚੂਚਾ ਸਰਦਾਰ ਜੀ, ਸਰਦਾਰ ਜੀ, ਭੂਆ ਜੀ, ਬੇਬੇ ਧਨਵਾਨ ਲਓ ਲਓ। ਦਿਖਾਉਣਾ ਤੁਹਾਨੂੰ ਬਾਹਰ ਦਾ ਮਾਹੌਲ। ਅੱਜ ਰੌਣਕ ਰੌਣਕ ਹੋ ਗਈ ਘਰ ਦੇ ਵਿੱਚ। ਸਾਡੇ ਮਾਤਾ ਜੀ ਅਰਬੀ ਛਿੱਲ ਰਹੇ ਤੜਕੇ ਵਾਸਤੇ। ਲਓ ਜੀ ਕਰ ਦਿਓ ਦੱਬ ਕੇ ਵੀਡੀਓ ਸ਼ੇਅਰ, ਸਾਡਾ ਚੂਚਾ ਦੁਬਾਰੇ ਫਿਰ ਦੇਖੋ। ਆਪ ਇੱਧਰ ਇੰਜੋਏ ਕਰ ਰਹੇ, ਬੱਚਾ ਪਾਰਟੀ ਖੋਰੂ ਪਾ ਰਹੇ ਨੇ। ਉਹ ਐਂ ਕਰੋ ਸਾਰੇ ਜਣੇ, ਐਂ ਕਰੋ ਸਾਰੇ ਜਣੇ, ਐਂ ਕਰੋ, ਐਂ 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 ਯੋ ਯੋ ਕਰ, ਤੂੰ ਵੀ ਕਰ ਸਹਿਜ ਕੀਰਤ ਕਰੀ, ਐਂ ਐਂ ਕਰ। ਹਾਂ ਲਓ ਜੀ ਰਾਮਗੜੀਆ ਫੈਮਿਲੀ ਬਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅਤੇ ਹੋਏ ਹਾਂ ਚੈਨਲ 'ਤੇ ਲਾਈਵ ਅੱਜ ਸੀਗੇ ਘਰੇ। ਅਤੇ ਆਹ ਦੇਖੋ ਜੀ ਬੱਚਾ ਪਾਰਟੀ ਕੀ ਕਰੀ ਜਾਂਦੀ ਹੈ। ਅਤੇ ਬੱਚਾ ਪਾਰਟੀ ਦੇਖੋ ਜੀ ਕੀ ਕਰੀ ਜਾਂਦੀ ਹੈ। ਇਹ ਖੇਡ ਰਹੀ ਹੈ, ਗਲਾਸ ਬਣਾ ਬਣਾ ਕੇ ਖੇਡ ਰਹੇ ਨੇ। ਆਹ ਦੇਖੋ ਬਤਾਓ ਆਪਕਾ ਨਾਮ ਕਿਆ? ਲਓ ਜੀ ਸਾਡੀ ਸ਼ਾਨ ਸਾਹਿਬ ਆ ਰਹੇ ਨੇ।
ਉਹਦਾ ਤੇਰਾ ਨਾਂ ਕੀ ਹੈ? ਕੈਮਰੇ ਚ ਦੱਸੀ ਨਾ, ਦੱਸ ਦੇ। ਅਰਸ਼ਾਨ ਹੈ ਤੇਰਾ ਨਾਮ? ਨਹੀਂ, ਆਪ ਕਰ ਕਹਿ ਰਹੇ ਹੋ? ਗਲਾਸ ਬਣਾ ਰਹੇ ਹੋ? ਲਓ ਬਣਾ ਕਰ ਦਿਖਾਓ ਫਿਰ। ਇੱਕ ਬਣਾਓਗੇ ਕਿਆ? ਤੁਮ ਸਾਥ ਮੇ ਤੋ ਖੇਲੋ ਸਭੀ, ਅਲਗ ਅਲਗ ਕਿਉਂ ਖੇਲ ਰਹੇ ਹੋ? ਸਾਥ ਮੇ ਖੇਲੋ ਸਭੀ। ਨਹੀਂ, ਸਾਥ ਮੇ ਕਿਉਂ ਨਹੀਂ ਖੇਲ ਰਹੇ ਆਪ, ਮੁਝੇ ਬਤਾਓ। ਐਸੇ ਕੈਸੇ ਕੈਸੇ? ਦੇਖਤੇ ਹੈਂ ਸਬਸੇ ਪਹਿਲੇ ਕੌਣ ਬਣਾਤਾ ਹੈ ਗਲਾਸ? ਹੈਂ ਕਿਆ? ਵੈਰੀ ਗੁੱਡ, ਸ਼ਾਨ ਨੇ ਬਣਾ ਦਿਆ। ਅਬ ਕੀਰਤ ਕੀ ਬਾਰੀ ਹੈ। ਲਓ ਅਬ ਸ਼ਾਨ ਬਣਾਏਗਾ। ਬਣਾਏਗਾ ਕਿਆ? ਬਣਾਓ ਸ਼ਾਨ, ਦੇਖਤੇ ਹੈਂ ਅਬ ਸ਼ਾਨ ਕਿਆ ਬਣਾਏਗਾ। ਫਿਰ ਖਰਾਬ ਹੋ ਗਿਆ ਸ਼ਾਨ ਕਾ। ਅਬ ਸਹਿਜ ਕਾ ਦੇਖਤੇ ਹੈਂ, ਬਣਾਓ ਸਹਿਜ, ਬਣਾਓ ਗਲਾਸ, ਬਣਾ ਦੋ। ਵਾਹ ਵੈਰੀ ਗੁੱਡ, ਬਣ ਗਿਆ। ਔਰ ਬਣਾਓ। ਸ਼ਾਨ ਨੇ ਵੀ ਬਣਾ ਦਿਆ ਕਿਆ? ਆ ਬਣਾ ਸ਼ਾਨ, ਇਸਕੋ ਨਾ ਇਸਕੋ ਦਬਾ ਦਿਆ ਕਰੋ ਉੱਪਰ ਸੇ, ਠੀਕ ਹੈ? ਉੱਪਰ ਮਿੱਟੀ ਪੂਰੀ ਡਾਲੋ, ਔਰ ਡਾਲੋ ਇਸਮੇ, ਔਰ ਡਾਲੋ। ਆ ਬਣੇਗਾ, ਵੈਰੀ ਗੁੱਡ। ਹਾਂ ਆ ਬਣੇਗਾ, ਅਬ ਕਰੋ ਇਸਕੋ ਨੀਚੇ। ਹਾਂ ਹਾਂ ਆ ਬਣੇਗਾ। ਫਿਰ ਮਿਸਟੇਕ ਹੋ ਗਈ, ਚਲ ਦੂਸਰੀ ਵਾਰ, ਇੱਕ ਵਾਰ ਔਰ ਟਰਾਈ ਕਰੋ। ਬਣੇਗਾ ਬਣੇਗਾ। ਬਣਾਓ ਬਣਾਓ, ਜਲਦੀ ਜਲਦੀ ਬਣਾਓ। ਸਹਿਜ ਨੇ ਦੇਖੋ ਇੱਕ ਬਣਾ ਦਿਆ ਹੈ। ਆਪ ਯੂਟਿਊਬਰ ਪਰ ਲਾਈਵ ਹੋ, ਲਓ ਸਹਿਜ ਨੇ ਦੋ ਬਣਾ ਦੀਏ। ਇਹ ਕੀਰਤ ਦੇਖੋ ਕਿਆ ਕਰ ਰਹੀ ਹੈ, ਛੋਟੇ ਛੋਟੇ ਬਣਾ ਰਹੀ ਹੈ। ਠੀਕ ਹੈ ਠੀਕ ਹੈ।
और डालो इसमें, अब बाप बन जाएगा, और डालो मिट्टी। वेरी गुड वेरी गुड। और बनाना था इसको, रखना था वो, देख कितने बना रही है शान, देखो कितने बना रहे हैं शान, देख सहज ने कितना, थ्री वाला, थ्री बनेगा अब। मैं तो बहुत सारे बनाऊंगा। उधर माता श्री दूध लेने गए हैं क्योंकि साड़ी गां ये जी सून वाली, एक अद्धे दिन च सूख हो गई। हुण करा मुल दा दुध चलदा है मिल्क, देखो शान और सहज और कीर्त, ये देखो वेरी गुड, तीन ग्लास बना दिए। देखो सहज बच्चों का खेल, लो जी हुण करदे आं आपां गल्लां बातां। पहला आपां भी मतलब कि छोटे हुंदे सीगे जदों इहो जिहा कम ही करदे हुंदे सीगे, बाकी तां ਅਸੀਂ ਛੱਪੜ 'ਤੇ ਜਾ ਕੇ ਉਹਦੀ ਗਾਰ ਕੱਢ ਕੇ ਉਹਦੇ ਪੜਾਕੇ ਬਣਾ ਬਣਾ ਵਜਾਉਂਦੇ ਹੁੰਦੇ ਸੀ ਪੜਾਕੇ। ਹੁਣ ਤਾਂ ਛੱਪੜ ਨਹੀਂ ਹੁੰਦੇ, ਲੋਕਾਂ ਨੇ ਰੋਕ ਲਏ ਛੱਪੜ ਛੁੱਪੜ, ਅਤੇ ਹੁਣ ਆਹ ਵਿਹੜਾ ਥੋੜ੍ਹਾ ਜਿਹਾ ਆਪਣਾ ਇੰਨਾ ਕੁ ਕੱਚਾ ਰੱਖਿਆ ਵਾ, ਉਸ ਐਪਲੀਮੈਂਟ ਖੜਾਉਣ ਖਾਤਰ ਅਤੇ ਐਂ ਕਰਕੇ ਕੱਚਾ ਰੱਖਿਆ, ਬੱਚਾ ਪਾਰਟੀ ਖੇਡਦੀ ਹੈ, ਬਾਕੀ ਫਰਸ਼ ਫੁਰਸ ਲੱਗਿਆ। ਤੁਹਾਨੂੰ ਮਾੜਾ ਜਿਹਾ ਵਿਖਾ ਦੀਏ, ਗਰੇਜ ਇੱਕ, ਇੱਧਰ ਗਰੇਜ ਆਉਣਾ ਪੁੱਤ, ਇੱਕ ਆਹ ਗਰੇਜ ਹੈ ਜੀ, ਅਤੇ ਇੱਥੋਂ ਤੱਕ ਫਰਸ਼ ਲੱਗਿਆ ਵਧੂਗਾ ਕੱਚਾ, ਉਸ ਇੱਧਰ ਬਾਗ ਵੀ ਲੱਗੇ ਹੋਏ ਆ ਅਮਰੂਦਾਂ ਦਾ, ਚੀਕੂਆਂ ਦੇ ਬੂਟੇ ਵੀ ਲੱਗੇ ਹੋਏ ਆ, ਬਾਕੀ ਇੱਥੇ ਸਬਜ਼ੀ ਲਾਈ ਸੀਗੀ ਪਹਿਲਾਂ, ਅਤੇ ਸਾਲਾਂ ਵਾਲੀ ਸਬਜ਼ੀ ਲੱਗੂਗੀ, ਮੂਲੀ ਗਾਜਰਾਂ ਮੇਥੇ ਪਾਲਕ ਧਨੀਆ। ਚਲੋ ਬੱਚਾ ਪਾਲਟੀ, ਹੁਣ ਖੜੇ ਹੋ ਕੇ ਬਾਏ ਬਾਏ ਕਰ ਦਿਓ, ਵੀਡੀਓ ਆਪਾਂ ਕਲੋਜ਼ ਕਰਦੇ ਹਾਂ, ਕੱਲ੍ਹ ਨੂੰ ਫਿਰ ਲਾਈਵ ਹੋਵਾਂਗੇ, ਕਰੋ ਤਿੰਨੇ ਜਣੇ ਖੜੇ ਹੋ ਜੋ, ਚੱਲ ਇੱਕ ਵਾਰੀ ਹੋਰ ਦੇ ਲਓ ਜੀ ਸਿਆਜ, ਇੱਕ ਵਾਰੀ ਫੋਰ ਹੋਰ ਬਣਾਉਂਦੀ ਫੋਰ, ਅਤੇ ਫਿਰ ਨਾ ਤੁਸੀਂ ਤਿੰਨੇ ਜਣੇ ਖੜ ਕੇ ਬਾਏ ਬਾਏ ਕਰਨੇ ਸਾਰਿਆਂ ਨੂੰ, ਠੀਕ ਹੈ? ਅਤੇ ਐਂ ਆਖਣਾ ਵੀ ਮੇਰੇ ਸਾਡੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਠੀਕ ਹੈ? ਸਾਰਿਆਂ ਨੂੰ ਆਖਣਾ, ਠੀਕ ਹੈ ਨਾ? ਲੈ ਹੁਣ ਬਣਾ ਲਾ, ਹੁਣ ਲਓ ਬਈ ਅਬ ਰੈਡੀ ਹੈ, ਸਹਿ ਨੇ ਫੋਰ ਬਣਾਏ ਹੈ, ਸ਼ਾਨ ਨੇ ਦੇ, ਦੇਖੋ ਜੇ ਸ਼ਾਨ ਆਪਣੇ ਕੀਰਤ ਨੇ ਉਸਕੇ ਬਣਾਏ ਹੋਏ ਗਲਾਸੋਂ ਕੋ ਖਰਾਬ ਕਰ ਦਿਆ ਹੈ, ਸ਼ਾਨ ਨੇ ਇੱਕ ਬਣਾਇਆ ਹੈ। ਚਲੋ ਅਬ ਹੈਲੋ ਕਰ ਦਿਓ, ਬਾਏ ਬਾਏ ਕਰ ਦਿਓ, ਸਭੀ ਕੋ ਸਾਥ ਮੇਂ ਖੜੋ, ਤਿੰਨੋ ਸਾਥ ਮੇਂ, ਉਸਕੇ ਸਾਥ ਖੜੋ ਬੇਟੇ, ਉੱਧਰ ਚਲੋ ਸਾਥ ਮੇਂ, ਬਾਏ ਬਾਏ ਕਰਨਾ, ਫਿਰ ਫੋਟੋ ਨਹੀਂ ਆਏਗੀ ਨਾ, ਆਪਕੀ ਫੋਟੋ ਵੀ ਲਗਾਨੀ ਹੈ, ਤੂੰ ਮੈਂ ਕੀਰਤ ਹੈ, ਤੂੰ ਵੀ ਖੜਨਾ, ਸਾਥ ਮੇਂ ਖੜੋ ਯਾਰ। ਚਲੋ ਮੈਂ ਦੂਰ ਜਾਤਾ ਹੂੰ, ਅਬ ਕਰੋ ਤਿੰਨੋ, ਅਬ ਕਰੋ ਤਿੰਨੋ,
ਬਾਏ ਬਾਏ ਕਰ ਦਿਓ।